ਦੇ ਪਿੰਡ ਲਿੱਤਰ ਵਿਖੇ ਸਥਿਤ ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀ 6ਵੀਂ ਵਿੱਚ ਮੀਰੀ ਪੀਰੀ ਦੇ ਮਾਲਕ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੂਰਵ ਦੇ ਸੰਬੰਧ ਵਿੱਚ ਸਲਾਨਾ ਜੋੜ ਮੇਲਾ ਭਾਰੀ ਧਾਰਮਿਕ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਦਿਨ ਜ਼ੋਰਾ ਜੋੜ ਮੇਲੇ ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਪਵਿੱਤਰ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਵੱਖ-ਵੱਖ ਪਿੰਡਾਂ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਸਥਾਪਿਤ ਹੋਇਆ। ਉੱਥੇ ਹੀ ਜੋੜ ਮੇਲੇ ਦੇ ਦੂਜੇ ਅਖੀਰਲੇ ਦਿਨ ਵਿਸ਼ਾਲ ਢਾਡੀ ਅਤੇ ਕਵੀਸ਼ਰ ਦਰਬਾਰ ਸਜਾਇਆ ਗਿਆ। ਇਸ ਤੋਂ ਇਲਾਵਾ ਹੋਰ ਕੀ ਕੁਝ ਹੋਇਆ ਆਓ ਤੁਹਾਨੂੰ ਦਿਖਾਉਂਦੇ ਹਾਂ ਝਲਕੀਆਂ ਦੇ ਵਿੱਚ। ਮੈਂ ਭਾਈ ਪ੍ਰਤਾਪ ਸਿੰਘ ਟੈਕਨਿਕਲ ਸਿਵਲ ਰੇਸ ਸਾਹਿਬ ਪਾਸੇ ਸੇ ਵੀ ਮਿੱਤਰ ਸੋ ਇਸ ਸਾਲ ਦੇ ਉੱਤੇ ਸਤਿਗੁਰਾਂ ਦੀ ਪਾਰ ਕਿਰਪਾ ਦੇ ਨਾਲ ਸਲਾਨਾ ਜੋੜ ਮੇਲਾ ਸੰਗਤਾਂ ਨੇ ਰਾਮਗੜ੍ਹ ਵਿੱਚ ਮਨਾਇਆ। ਪਹਿਲੇ ਦਿਨ ਇਸੇ ਸ੍ਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਆਮਦ ਨੂੰ ਮੁੱਖ ਰੱਖ ਕਰਕੇ ਸਲਾਨਾ ਜੋੜ ਮੇਲੇ ਸੰਬੰਧ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਨਗਰ ਕੀਰਤਨ ਗੁਰਦੁਆਰਾ ਗ੍ਰੀਸ ਸਾਹਿਬ ਤੋਂ ਆਰੰਭ ਹੋ ਕਰਕੇ ਨਗਰ 12ਵੀਂ ਦੀ ਪਰਿਕਰਮਾ ਕਰਦਾ ਹੋਇਆ ਨਗਰ ਲਿੱਤਰਾਂ ਦੇ ਵਿੱਚ ਮਹਾਰਾਜ ਦੇ ਚਰਨ ਪਾਏ ਸਾਰੇ ਨਗਰ ਦੀ ਪਰਿਕਰਮਾ ਕਰਦੇ ਹੋਏ ਸ਼ਾਮ ਨੂੰ ਤਕਰੀਬਨ 7 ਵਜੇ ਇਸ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਅਗਲੇ 2 ਦਿਨ ਸਤਿਗੁਰੂ ਮਹਾਰਾਜ ਦੇ ਪਾਵਨ ਸਥਾਨਾਂ ਦੇ ਉੱਤੇ ਖੁੱਲ੍ਹੇ ਦੀਵਾਨ ਸਜਾਏ ਗਏ। ਇਹਨਾਂ ਦੀਵਾਨਾਂ ਦੇ ਵਿੱਚ ਪੰਜ ਦੇ ਮਹਾਨ ਪ੍ਰਸਿੱਧ ਢਾਡੀ ਜਥਿਆਂ ਨੇ, ਕਵੀਸ਼ਰੀ ਜਥਿਆਂ ਨੇ, ਰਾਗੀ ਸਿੰਘਾਂ ਨੇ, ਕੀਰਤਨੀ ਜਥਿਆਂ ਨੇ ਹਾਜ਼ਰੀਆਂ ਭਰੀਆਂ ਔਰ ਬੇਅੰਤ ਸੰਗਤਾਂ ਨੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੇ ਵਿੱਚ ਇਕੱਤਰ ਹੋ ਕਰਕੇ ਗੁਰੂ ਦਾ ਇਤਿਹਾਸ ਸਰਵਣ ਸਭ ਕੀਤਾ, ਸਤਿਗੁਰਾਂ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ, ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਕਰਕੇ ਸੰਗਤ ਨੇ ਲਾਹਾ ਪ੍ਰਾਪਤ ਕੀਤਾ। ਸੋ ਜਿੰਨੀ ਵੀ ਸੰਗਤ ਨੇ ਇਸ ਸਮਾਗਮ ਦੇ ਸੇਵਾਵਾਂ ਕੀਤੀਆਂ, ਦੇਸ਼ ਵਿਦੇਸ਼ ਦੀ ਸੰਗਤ ਨੇ ਬੇਅੰਤ ਸੇਵਾ ਕੀਤੀ, ਨਗਰਾਂ ਦੀਆਂ ਸੰਗਤਾਂ ਨੇ ਬੇਅੰਤ ਸੇਵਾਵਾਂ ਕੀਤੀਆਂ, ਸਮੂਹ ਸੰਗਤ ਦਾ ਕਰੋੜ ਕਰੋੜ ਵਾਰ ਧੰਨਵਾਦ। ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ 'ਤੇ ਨਿਰ ਪ੍ਰਯਾਸ ਰੱਖਣ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਸੋ ਬਹੁਤ ਬਹੁਤ ਧੰਨਵਾਦ ਹੈ ਆਪ ਸਮੂਹ ਪ੍ਰਬੰਧਕਾਂ ਦਾ, ਆਪ ਜੋ ਮੀਡੀਆ ਦੇ ਵੀਰ ਇੱਥੇ ਪਹੁੰਚੇ ਹੋ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਇਸ ਸਮਾਗਮ ਦੇ ਵਿੱਚ ਆ ਕਰਕੇ ਇਸ ਸਮਾਗਮ ਨੂੰ ਤੁਸੀਂ ਸੰਗਤਾਂ ਦੇ ਵਿੱਚ ਦਿਖਾਉਣਾ ਕੀਤਾ। ਸੋ ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ, ਕਿਰਪਾ ਕਰਨ ਤੁਹਾਡੇ ਵੀ ਸਿਰ 'ਤੇ ਮੇਰੇ ਪ੍ਰਯਾਸ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।